ਹੁਣ ਤਿਆਰੀ ਬੈਕ ਦੀ ਬੂਮ ਬਣਾ ਲੈ ਇੰਨਾ ਮੌਸਮ ਸਾਫ ਕਦੀ ਨੀ ਦੇਖਿਆ ਕਿ ਥੱਲਿਓਂ ਬੱਦਲ ਆਰਾਮ ਨਾਲ ਇੱਕ ਪਾਸੇ ਤੇ ਦਿਸ ਰਹੇ ਨੇ। ਫਾਈਨਲੀ ਪਹੁੰਚ ਗਿਆ ਆਪਾਂ ਦੁਬਾਰਾ ਏਅਰਪੋਰਟ ਤੇ। ਬਾਏ ਬਾਏ ਕੈਨੇਡਾ। ਫਾਈਨਲੀ 15 ਘੰਟਿਆਂ ਬਾਅਦ ਕੈਨੇਡਾ ਤੋਂ ਇੰਡੀਆ ਡਾਇਰੈਕਟ ਫਲਾਈਟ 'ਚ ਪਹੁੰਚ ਗਏ ਹਾਂ। ਮੱਤ ਮਾਰੀ ਪਈ ਆ, ਮੇਡ ਇੰਡੀਆ ਦੀ ਜਿੰਨੀ ਤਾਰੀਫ ਕਰਾਂ ਉਨੀ ਜ਼ਿਆਦਾ ਹੀ ਹੋਣੀ। ਮੈਂ ਕਿਸੇ ਹੋਰ ਕਰਨਾ ਕਰਕੇ ਏਅਰ ਇੰਡੀਆ ਬੁੱਕ ਕਰਦਾ ਹਮੇਸ਼ਾ, ਬਟ ਇਹ ਨਾ ਵੀ ਸ਼ਰਮ ਲਾਈ ਹੋਈ ਹੈ ਲੱਗਦਾ ਪੂਰੀ ਤਰੀਕੇ ਨਾਲ। ਦਿੱਲੀ ਪਹੁੰਚ ਗਿਆ, ਬਸ ਮੇਰਾ ਚਿਹਰਾ ਦੇਖ ਲਓ, ਪੱਖਾ ਲੱਭਿਆ ਅਤੇ ਥੱਲੇ ਖੜ ਕੇ ਦਿੱਲੀ ਪਹੁੰਚ ਗਿਆ। ਗਲਤੀ ਕਰ ਲਈ, ਸੱਚੀ ਗਲਤੀ ਕਰ ਲਈ ਮੈਂ। 10 ਦਿਨ ਹੋਰ ਰੁਕ ਜਾਂਦਾ ਗਰਮੀ ਤੋਂ ਬਚ ਜਾਣਾ ਸੀ, ਮੇਰੇ ਨਾਲ ਦਾ ਨਹੀਂ ਮੰਨਿਆ ਹੈਗਾ, ਮੈਂ ਤਾਂ ਕਹੀ 10 ਦਿਨ ਰੁਕ ਜੀ। ਦਿੱਲੀ ਆ ਗਏ ਬਾਈ, ਇੰਡੀਆ ਆ ਗਏ ਇੰਡੀਆ। ਪਤਾ ਨਹੀਂ ਗਏ ਵੀ ਇੱਥੇ ਹੀ ਆ, ਪੂਰੀ ਅੱਤ ਦੀ ਗਰਮੀ 'ਚ ਗਿਆ, ਸਕਿਨ ਟੈਨ ਸੀ ਮੇਰੀ ਉਦੋਂ ਗਿਆ ਵਾਂ ਮੈਂ ਹੈ ਨਾ, ਬਟ ਅੱਜ ਮੈਨੂੰ ਸਾਹ ਨਹੀਂ ਆ ਰਿਹਾ ਇੱਥੇ, ਬਸ ਇੰਨਾ ਕੁ ਫਰਕ ਹੈ ਸਾਡੇ ਉੱਥੋਂ ਦਾ ਅਤੇ ਇੱਥੋਂ ਦਾ। ਮੈਂ ਕਈਆਂ ਨੇ ਪੁੱਛਿਆ ਤੈਨੂੰ ਕੈਨੇਡਾ ਕਿੱਦਾਂ ਦਾ ਲੱਗਿਆ, ਮੈਂ ਨਰਕ ਅਤੇ ਸਵਰਗ ਦਾ ਮਤਲਬ ਲੱਭ ਲਓ,
ਇਦੋਂ ਵੱਧ ਕੁਛ ਨਹੀਂ ਮੈਂ ਕਹਿ ਸਕਦਾ, ਬਸ ਆਹੀ ਕਹਿ ਸਕਦਾ। ਆ ਗਏ ਤੇ ਟ੍ਰੈਫਿਕ ਜਾਮ ਸਾਨੂੰ ਕੈਨੇਡਾ ਦੇ ਵਿੱਚ ਮਿਲਦੇ ਸੀ ਤੇ ਕਾ ਇੰਡੀਆ ਦੇ ਵਿੱਚ ਲੱਗਾ ਹੋਇਆ, ਉਹ ਭਾਜੀ ਟ੍ਰੈਫਿਕ ਜਾਮ ਬਿਲਕੁਲ ਨਹੀਂ ਹੁੰਦਾ। ਫੁੱਲ ਤੁਹਾਡੀ 70 ਦੀ ਸਪੀਡ ਤੇ ਚੱਲ ਰਿਹਾ ਹੁੰਦਾ ਉਹ, ਉਹਨੂੰ ਉਹ ਜਾਮ ਕਹਿੰਦੇ ਨੇ 70 ਦੀ ਸਪੀਡ ਵਾਲੇ ਨੂੰ। ਅੱਛਾ ਜੀ, ਹਾਂਜੀ, ਉਹ ਕੀ ਇਹ ਜਾਮ ਹੈ ਤੇ ਆਹ ਦੇਖੋ ਜਾਮ, ਇਹਨੂੰ ਕਹਿੰਦੇ ਨੇ ਕੈਨੇਡਾ ਵਾਲੇ ਉਹ 70 ਦੀ ਸਪੀਡ ਨੂੰ ਜਾਮ ਨਾ ਕਿਆ ਕਰੋ, ਉਹ ਤੁਸੀਂ ਜਾਮ ਦੀ ਬੇਇੱਜ਼ਤੀ ਕਰਦੇ ਹੋ। ਆਹ ਦਿੱਲੀ 'ਚ ਫਸੇ ਆ, ਪਹਿਲਾਂ ਤਾਂ ਇਹਨਾਂ ਨੂੰ ਮਿਲੋ ਜਿਨ੍ਹਾਂ ਨੇ ਮੈਨੂੰ ਕੈਨੇਡਾ ਵਿਖਾਇਆ ਇੱਕ ਹਿਸਾਬ ਦਾ। ਇਹਨੇ ਭਾਜੀ ਨਿਰਮਲ ਸਿੰਘ ਜਿਨ੍ਹਾਂ ਨੇ ਆਪਣਾ ਕਿੰਨਾ ਪੈ ਜਾਂਦਾ ਮਿਲਦਾ, 250 ਕਿਲੋਮੀਟਰ ਪੈ ਜਾਂਦਾ ਹੈ ਨਾ, 250 ਕਿਲੋਮੀਟਰ ਬੰਦੇ ਨੇ 2.5 ਘੰਟਿਆਂ ਦੇ ਵਿੱਚ ਹੀ ਕੱਢ ਦਿੱਤਾ ਪਾਤਲਾਂ ਤੋਂ ਦਿੱਲੀ ਪਹੁੰਚਣਾ। ਵੈਸੇ ਇਹ ਤਾਂ ਸੰਗਰੂਰ ਤੋਂ ਆਏ ਸੀ, ਪਾਤਲਾਂ ਤੋਂ ਵੀ ਜੇ ਲਾ ਲਈਏ ਨਾ ਹਿਸਾਬ ਕਿ ਦਿੱਲੀ ਪਹੁੰਚਣਾ ਹੋਵੇ ਬੰਦੇ ਨੇ ਤਾਂ ਸਾਨੂੰ 5-6 ਘੰਟੇ ਲੱਗ ਜਾਂਦੇ ਨੇ, ਔਰ ਇਸ ਇਨਸਾਨ ਨੇ ਸਾਨੂੰ ਪਹੁੰਚਾਇਆ ਮਤਲਬ 2 ਘੰਟੇ 50 ਕੁ ਮਿੰਟ 'ਚ ਪਹੁੰਚੇ ਸੀ ਹੈ ਨਾ। ਹਾਂਜੀ ਹਾਂਜੀ, ਕਮਾਲ ਕਰ ਦਿੱਤੀ ਬੰਦੇ ਨੇ, ਇੰਨੀ ਕੋਈ ਗੱਡੀ ਖਿੱਚੀ ਹੈ, ਗਲਤੀ ਮੇਰੀ ਤੇ ਭੁਗਤਣੀ ਇਹਨਾਂ ਨੂੰ ਪੈ ਗਈ। ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ ਤੁਹਾਡਾ, ਹੈ ਨਾ, ਕਿ ਜੇ ਤੁਸੀਂ ਮਨਾ ਕਰ ਦਿੰਦੇ ਫਿਰ ਮੇਰਾ ਉਦੋਂ ਪ੍ਰੋਗਰਾਮ ਕੈਂਸਲ ਹੀ ਹੋ ਜਾਣਾ ਸੀ। ਹਾਂ ਫਿਰ ਉਹ ਹੋ ਜਾਂਦਾ ਹੁੰਦਾ, ਪਰ ਫੁੱਫੜ ਜੀ ਦਾ ਵੀ ਬੜਾ ਉਹਨਾਂ ਦਾ ਧੰਨਵਾਦ ਜਿੰਨਾ ਟਾਈਮ ਦੇ ਦੱਸਿਆ, ਉਹ ਬੰਦਿਆਂ ਨੇ ਵੀ ਸ਼ੁਰੂ ਤੋਂ ਲੈ ਕੇ ਸਿਰੇ ਤੱਕ ਹੀ ਇੰਨੀ ਕੁ ਹੈਲਪ ਕੀਤੀ ਨਾ ਫੋਨ ਤੇ ਥਾਂ ਥਾਂ ਤੇ, ਅਸਲੀ ਤੇ ਉਹਨੇ ਜਗਾਇਆ ਨੀ ਨਾ, ਮੈਂ ਤਾਂ ਸੁੱਤੇ ਹੀ ਰਹਿ ਗਿਆ ਸੀ, ਮੈਂ ਤੇ ਪਹੁੰਚ ਗਿਆ ਸੀ। ਇਹਨੂੰ ਕਹਿੰਦੇ ਨੇ ਜਾਮ, ਉਹ ਤੇ ਭੁੱਲੇ ਬੈਠੇ ਨੇ ਜਾਮ ਨੂੰ, ਹੌਰਨ ਤੇ ਹੌਰਨ। ਗੁਰੂ ਜੀ ਜੈ ਬਾਬੇ ਦੀ ਜੈ ਟਾਬੇ ਦੀ, ਕੋਈ ਕਿਸੇ ਗੱਡੀ ਤੋਂ ਤੇ ਦੇਖਦਾ ਨੀ ਲਿਖਿਆ ਇੱਥੇ ਤੇ, ਆ ਦੇਖੋ ਕਿਤੇ ਬਾਂਕੇ ਦਾ ਸਹਾਰਾ ਤੇ ਕਿਤੇ ਜਿਉਂਦੇ ਵਸਦੇ ਰਹੋ ਇੰਟਰਟੇਨਮੈਂਟ ਕਰਨ ਵਾਲੇ।